ਇਸ ਦੇ ਲਈ ਤੁਹਾਨੂੰ ਦੋ ਪਾਣੀ ਦੀਆਂ ਬੋਤਲਾਂ ਥੋੜੇ ਜਿਹੇ 5 ਰੁਪਏ ਦੇ ਸਿੱਕੇ ਤੇ ਇੱਕ ਪੇਪਰ ਦੀ ਪੱਟੀ ਚਾਹੀਦੀ ਹੈ ਹੁਣ ਇੱਕ ਪਾਣੀ ਦੀ ਬੋਤਲ ਦੇ ਢੱਕਣ ਤੇ ਪੱਟੀ ਦਾ ਇੱਕ ਸਿਰਾ ਟਿਕਾਓ ਤੇ ਫਿਰ ਉਸ ਉੱਤੇ 5 ਰੁਪਏ ਦਾ ਇੱਕ ਸਿੱਕਾ ਰੱਖੋ ਹੁਣ ਪੱਟੀ ਦੇ ਉੱਤੇ ਤੇਜ਼ੀ ਨਾਲ ਵਾਰ ਕਰੋ ਤੁਸੀਂ ਇਹ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਪੱਟੀ ਥੱਲੇ ਡਿੱਗ ਜਾਂਦੀ ਹੈ ਪਰ ਸਿੱਕਾ ਉੱਥੇ ਹੀ ਟਿਕਿਆ ਰਹਿੰਦਾ ਹੈ ਹੁਣ ਉਸੇ ਤਰ੍ਹਾਂ ਨਾਲ ਖੂਬ ਸਾਰੇ ਸਿੱਕੇ ਟਿਕਾ ਦਿਓ ਦੁਬਾਰਾ ਪੱਟੀ ਤੇ ਵਾਰ ਕਰੋ ਤੇ ਫਿਰ ਪੱਟੀ ਗਿਰ ਜਾਂਦੀ ਹੈ ਪਰ ਸਿੱਕੇ ਨਹੀਂ ਡਿੱਗਦੇ ਹੁਣ ਦੋ ਬੋਤਲਾਂ ਦੇ ਵਿੱਚ ਪੱਟੀ ਟਿਕਾਓ ਤੇ ਸਿੱਕੇ ਰੱਖੋ ਪੱਟੀ ਤੇ ਵਾਰ ਕਰੋ ਤੇ ਫਿਰ ਪੱਟੀ ਡਿੱਗ ਜਾਏਗੀ ਪਰ ਸਿੱਕਾ ਨਹੀਂ ਇਸ ਵਾਰ ਸਿੱਕੇ ਨੂੰ ਪੱਟੀ ਉੱਤੇ ਪਹਿਲਾਂ ਇੱਕ ਬੋਤਲ ਤੇ ਫਿਰ ਪੱਟੀ ਨੂੰ ਦੋਹਾਂ ਬੋਤਲਾਂ ਦੇ ਵਿੱਚ ਵਰਟੀਕਲੀ ਟਿਕਾਓ ਤਾਂ ਫਿਰ ਪੱਟੀ ਤੇ ਵਾਰ ਕਰੋ ਪੱਟੀ ਰੱਖ ਕੇ ਉਸ ਉੱਪਰ ਕਰੋ ਇੱਕ ਵਾਰ ਫਿਰ ਪੱਟੀ ਡਿੱਗ ਜਾਏਗੀ ਮਗਰ ਸਿੱਕਾ ਨਹੀਂ ਇਹ ਸਭ ਇਨਰਸ਼ੀਆ ਦੇ ਕਾਰਨ ਹੁੰਦਾ ਹੈ